ਲਾਪੀ ਸਿੰਘ ਜੀ ਨਾਮ ਕਿਹੜਾ ਬੈਂਕ ਹੈ ਜੀ? ICICI ਬੈਂਕ ਬਲਾਚੌਰ ਹੈ ਜੀ। ਮੈਂ ਮੋਡਰਨ ਵੀ ਸਿਕਿਉਰਿਟੀ ਦੇ ਵਿੱਚ MSF ਦੇ ਵਿੱਚ ਜੋਬ ਕਰ ਰਿਹਾ ਅਤੇ ਰਾਤ ਤਕਰੀਬਨ 2 ਵਜੇ ਦੇ ਕਰੀਬ ਇੱਥੇ ਚੋਰ ਆਏ ਸੀ ਅਤੇ ਕਿਉਂਕਿ ਸਾਡਾ ਕੰਮ ਗਾਰਡ ਦਾ ਹੁੰਦਾ ਸੋ ਇਸ ਕਰਕੇ ਸਾਨੂੰ ਅਲਰਟ ਰਹਿਣਾ ਪੈਂਦਾ। ਜਿੱਦਾਂ ਹੀ ਉਹਨਾਂ ਨੇ ਆ ਕੇ ਜਿੰਦੇ ਭੰਨੇ ਆ ਭੰਨਣ ਦੀ ਪਹਿਲਾਂ ਉਹਨਾਂ ਨੇ ਜਿੰਦੇ ਭੰਨੇ ਅਤੇ ਤੁਰੰਤ ਅਸੀਂ ਹਰਕਤ ਦੇ ਵਿੱਚ ਆ ਗਏ। ਅਸੀਂ ਆਪਣੀ ਕੰਪਨੀ ਨੇ ਜਿਹੜਾ ਆ ਸੁਚੇਤ ਕੀਤਾ ਅਤੇ ਨਾਲ ਦੀ ਨਾਲ ਜਦੋਂ ਉਹਨਾਂ ਨੇ ਸ਼ਟਰ ਚੱਕਿਆ ਆ ਅਤੇ ਨਾਲ ਦੀ ਨਾਲ ਅਸੀਂ ਜਿਹੜਾ ਆ ਪੁਲਿਸ ਨੂੰ ਇਨਫੋਰਮ ਕਰਕੇ ਇੱਥੋਂ ਬਾਹਰ ਆ ਗਏ ਅਤੇ ਇਸ ਤੋਂ ਭੱਜ ਗਏ ਸੀ, ਜਿਸਦੇ ਨਾਲ ਇੱਕ ਵੱਡਾ ਹਾਦਸਾ ਹੁਣ ਟਲ ਗਿਆ ਜੀ। ATM ਵਾਲੇ ਪਾਸੇ 'ਚ ਵੜਨ ਦੀ ਕੋਸ਼ਿਸ਼ ਕੀਤੀ? ਨਹੀਂ ਨਹੀਂ, ਉਹਨਾਂ ਨੇ ਬੈਂਕ ਵਾਲੇ ਪਾਸੇ ਵੜਨ ਦੀ ਕੋਸ਼ਿਸ਼ ਕੀਤੀ। ਮੇਰੀ ਡਿਊਟੀ ATM ਦੇ ਵਿੱਚ ਹੁੰਦੀ ਆ। ਹਾਂਜੀ, ਸਿਕਿਉਰਿਟੀ ਬਚਾਅ ਹਾਂਜੀ ਬਚਾਅ ਹੋ ਗਿਆ ਜੀ। ਅਤੇ ਜਿੱਦਾਂ ਉਹਨਾਂ ਨੇ ਭੰਨਣ ਦੀ ਕੋਸ਼ਿਸ਼ ਕੀਤੀ ਨਾਲੇ ਅਸੀਂ ਹਰਕਤ ਦੇ ਵਿੱਚ ਆ ਗਏ ਅਤੇ ਇਸ ਕਰਕੇ ਚੋਰ ਭੱਜ ਗਏ ਜੀ। ਅਤੇ ਉਸ ਤੋਂ ਬਾਅਦ ਪੁਲਿਸ ਨੂੰ ਇਨਫੋਰਮ ਕੀਤਾ, ਪੁਲਿਸ ਵੀ ਤੁਰੰਤ ਜਿਹੜੀ ਆ ਦੋ ਮਿੰਟ ਦੇ ਵਿੱਚ ਪੁਲਿਸ ਵੀ ਇੱਥੇ ਪਹੁੰਚ ਗਈ ਸੀ। 15 ਅਗਸਤ ਦੀ ਡਿਊਟੀਆਂ ਦੇ ਸੰਬੰਧੀ ਚੈਕਿੰਗ ਸੰਬੰਧੀ ਮੈਂ ਖੁਦ ਆਪ ਵੀ ਬਾਹਰ ਸੀ ਅਤੇ ਮੇਰੀ ਆਲਰੇਡੀ ਜਿਹੜੀਆਂ ਪੈਟਰੋਲਿੰਗ ਹੈ ਉਹ ਲਗਾਤਾਰ ਬਲਾਚੌਰ ਦੇ ਏਰੀਏ ਵਿੱਚ ਗਸ਼ਤ ਕਰ ਰਹੀਆਂ ਸੀ ਅਤੇ ਰਾਤ ਸਾਨੂੰ 2:15 ਦੇ ਕਰੀਬ ਇੱਕ ਫੋਨ ਜਿਹੜਾ ਮਸੂਲ ਹੋਇਆ ਸੀਗਾ ਇੱਥੇ ਦੇ ਗਾਰਡ ਮੁੰਡਾ ਲੱਗਾ ਲਵਪ੍ਰੀਤ ਕਿ ਸਾਡੀ ਬੈਂਕ ਦੇ ਸ਼ਟਰ ਨਾਲ ਕੋਈ ਬੰਦਾ ਛੇੜਛਾੜ ਕਰ ਰਿਹਾ ਸਬਰ ਦੇ ਨਾਲ ਅਤੇ ਤੁਰੰਤ ਅਸੀਂ ਬਿਨਾਂ ਦੇਰੀ ਜਸਟ 2 ਮਿੰਟ ਦੇ ਵਿੱਚ ਹੀ ਅਸੀਂ ਬਾਹਰ ਹੀ ਸੀਗੇ ਅਤੇ ਇੱਥੇ ਬੈਂਕ 'ਤੇ ਪਹੁੰਚੇ ਅਤੇ ਲਵਪ੍ਰੀਤ ਮੁਹਰੇ ਗਾਰਡ ਜਿਹੜਾ ਖੜਾ ਮਿਲਿਆ ਅਤੇ ਜਿਸ ਨੇ ਸਾਨੂੰ ਸਾਰੀ ਘਟਨਾ ਬਾਰੇ ਦੱਸਿਆ ਕਿ ਬਾਈਕ ਸਵਾਰ 2 ਆਏ ਸੀਗੇ ਲੜਕੇ ਸੀਗੇ ਜਿਨ੍ਹਾਂ ਨੇ ਜਿਹੜੇ ਆਏ ਜਿਨ੍ਹਾਂ ਕੋਲ ਸਬਰ ਟਾਈਪ ਦਾ ਕੋਈ ਹਥਿਆਰ ਸੀਗਾ ਉਹ ਮੌਕੇ 'ਤੇ ਛੱਡ ਗਿਆ ਅਤੇ ਰੌਲਾ ਪਾਉਣ ਨਾਲ ਉਹ ਜਿਹੜੇ ਪਹਿਲਾਂ ਸਿਆਣਾ ਪੰਪ ਦੀ ਸਾਈਡ ਨੂੰ ਮੋਟਰਸਾਈਕਲ ਸਟਾਰਟ ਕਰਕੇ ਭੱਜ ਗਿਆ ਅਤੇ ਫਿਰ ਉਹ ਦੁਬਾਰਾ ਉੱਧਰੋਂ ਵਾਪਸ ਆ ਕੇ ਅਤੇ ਮੇਨ ਚੌਂਕ ਤੋਂ ਪਹਿਲਾਂ ਜਿਹੜੀ ਗਲੀ ਆਉਂਦੀ ਹੈ ਕਚਹਿਰੀਆਂ ਨਾਲ ਦੀ ਮਹਿੰਦੀਪੁਰ ਸਾਈਡ ਜਾ ਰਹੀ ਹੈ ਉੱਧਰ ਨੂੰ ਬਾਈਕ 'ਤੇ ਸਵਾਰ ਹੋ ਕੇ ਤੇਜ਼ ਬੜੀ ਤੇਜ਼ ਰਫ਼ਤਾਰ ਨਿਕਲ ਗਏ ਅਤੇ ਰਾਤ ਹਨੇਰਾ ਹੋਣ ਕਰਕੇ ਕਾਫੀ ਅਸੀਂ ਉਹਨਾਂ ਦਾ ਪਿੱਛਾ ਕੀਤਾ ਲੇਖਾ ਚੌਂਕ ਤੱਕ ਅਸੀਂ ਕਾਫੀ ਕੋਸ਼ਿਸ਼ ਕੀਤੀ ਆ ਵੀ ਕੋਈ ਉਹਨਾਂ ਦਾ ਕਲਿਊ ਲੱਗ ਸਕੇ ਪਰ ਨਹੀਂ ਲੱਗ ਸਕਿਆ ਅਤੇ ਪਰ ਇਹ ਆ ਵੀ ਹੈਪਨਿੰਗ ਥੋੜ੍ਹੀ ਹੋਰ ਤੋਂ ਬਚਾਅ ਹੋ ਗਿਆ। ਉਮੀਦ ਹੈ ਚੋਰ ਫੜੇ ਜਾਣਗੇ? ਬਿਲਕੁਲ ਜੀ, ਕੋਸ਼ਿਸ਼ ਕਰ ਰਹੇ ਹਾਂ ਕਿ ਇਸ ਤਰ੍ਹਾਂ ਦੇ ਜਿਹੜੇ ਅਨਸਰ ਆ ਉਹਨਾਂ ਨੂੰ ਜਲਦੀ ਨੱਥ ਪਾਈ ਜਾ ਸਕੇ।